ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਅਸੀਂ ਇਸ ਵੇਲੇ ਪਿੰਡ ਖਰਗੋਨ ਦੇ ਲਾਗੇ, ਜ਼ਿਲ੍ਹਾ ਪੈਂਦਾ ਜਿਹੜਾ ਖਰਗੋਨ ਜ਼ਿਲ੍ਹਾ ਪੈਂਦਾ ਤੇ ਪਿੰਡ ਹੈਗਾ ਇੱਥੇ ਭਗਵਾਨਪੁਰਾ, ਤਹਿਸੀਲ ਪੈਂਦੀ ਹੈ, ਸਾਹਮਣੇ ਸਿੱਖ ਸਿਕਰੀਗਰਾਂ ਦੀ ਬਸਤੀ ਹੈ। ਸਾਡੇ ਨਾਲ ਨਾਨਕ ਸਿੰਘ ਜੀ ਨੇ, ਇਹ ਆਟੋਮੈਟਿਕ ਚੱਪਲ ਦੀ ਸ਼ੀਟ ਕੱਟਣ ਦੀ ਮਸ਼ੀਨ ਹੈ, ਇਹ ਇੰਡੀਆ ਚ ਪਹਿਲੀ ਵਾਰੀ ਜਿਹੜੀ ਇੰਟਰੋਡਿਊਸ ਹੋਈ ਹੈ, ਤੇ ਇਹ ਗ੍ਰਾਇੰਡਰ ਹੈ ਤੇ ਇਹ ਚੱਪਲਾਂ ਚ ਬੱਧੀਆਂ ਪਾਉਣ ਦੀ ਮਸ਼ੀਨ ਹੈ। ਇਹ ਬੱਧੀਆਂ ਨੇ ਜਿਹੜੀ ਅਸੀਂ ਲਗਭਗ 1000 ਦੇ ਲਗਭਗ ਆਹ ਰਾ ਮਟੀਰੀਅਲ ਹੈ ਜਿਹੜਾ ਅਸੀਂ ਦਿੱਤਾ ਹੈ। ਇਹ ਨਾਨਕ ਸਿੰਘ ਜੀ ਚੱਪਲਾਂ ਬਣਾਉਣਗੇ ਤੇ ਇਹ ਬੇਰੁਜ਼ਗਾਰ ਸੀ, ਸਿੱਖ ਸਿਕਲੀ ਕਰ ਰਿਹਾ। ਇਹਨਾਂ ਨੇ ਜਿਹੜੇ ਸ਼ਸਤਰ ਬਣਾਉਣੇ, ਹਥਿਆਰ ਬਣਾਉਣੇ ਬਿਲਕੁਲ ਬੰਦ ਕਰ ਦਿੱਤੇ ਆ, ਹੁਣ ਬੇਰੁਜ਼ਗਾਰ ਸੀ, ਪਰਿਵਾਰ ਦਾ ਕੋਈ ਗੁਜ਼ਾਰਾ ਨਹੀਂ ਸੀ। ਇਹ ਸਾਰੇ ਦੀ ਸਾਰੇ ਜਿਹੜਾ ਪ੍ਰੋਜੈਕਟ ਹੈ, ਯੂਨਿਟ ਹੈ, ਇਹਦੀ ਸੇਵਾ ਕੈਨੇਡਾ ਤੋਂ ਗੁਰਦੁਆਰਾ ਸਿੰਘ ਸਭਾ ਓਕਬਿਲ ਦੀ ਪ੍ਰਬੰਧਕੀ ਕਮੇਟੀ ਦੇ ਸੰਗਤਾਂ ਤੋਂ ਆਈ ਹੈ ਜੀ। ਦਾਸ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਜੀ, ਸਾਡਾ ਕੰਮ ਸਿੱਧਾ ਹੀ ਹੈ, ਟੋਟਲ ਮਟੀਰੀਅਲ ਜਿਹੜਾ ਆ ਅਸੀਂ ਉਹ ਹਮੇਸ਼ਾ ਵੀਡੀਓਗ੍ਰਾਫੀ ਕਰਕੇ ਸੰਗਤਾਂ ਤੱਕ ਪਹੁੰਚਾਉਂਦੇ ਆ। ਸਾਡੇ ਨਾਲ ਇਸ ਪਿੰਡ ਦੇ ਪ੍ਰਧਾਨ ਗੋਪਾਲ ਸਿੰਘ ਜੀ ਨੇ, ਸਾਡੇ ਨਾਲ ਹੁਸ਼ਿਆਰ ਸਿੰਘ ਜੀ ਹੈ, ਸਾਡੇ ਨਾਲ ਗਿਆਨੀ ਗੋਬਿੰਦ ਸਿੰਘ ਜੀ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ। ਆਹ ਸਾਰਾ ਮਟੀਰੀਅਲ ਜਿਹੜੀਆਂ ਵਧੀਆਂ ਵਗੈਰਾ ਨੇ, ਆਹ ਪਿੱਛੇ ਕਿਉਂਕਿ ਸ਼ੈੱਡ ਵੀ ਨਵੀਂ ਬਣਾ ਕੇ ਦਿੱਤੀ ਗਈ ਹੈ, ਉਹਦੇ ਕਰਕੇ ਦਿਖਾ ਨਹੀਂ ਸਕਦੇ ਸਾਰਾ ਮਾਲ ਇੱਥੇ ਜਿਹੜਾ ਉਹ ਪਿਆ। ਮੈਂ ਸਰਦਾਰ ਜੀ ਨੂੰ, ਪ੍ਰਧਾਨ ਸਾਹਿਬ ਨੂੰ ਬੋਲੂਗਾ ਕਿ ਉਹ ਕੁਛ ਸ਼ਬਦ ਕਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਜੀ ਸੋਹਨ ਸਿੰਘ ਖਾਲਸਾ ਜੀ, ਗਿਆਨੀ ਜੀ ਦਿਲੀਪ ਸਿੰਘ ਰਾਠੌਰ ਪ੍ਰਚਾਰਕ, ਜਿਨਕੇ ਮਾਧਿਅਮ ਸੇ ਹਮਾਰੇ ਗਾਓ ਮੇ ਗਰੀਬ ਪਰਿਵਾਰ ਕੋ ਚੱਪਲ ਬਣਾਨੇ ਕੀ ਮਸ਼ੀਨ ਮਿਲੀ ਹੈ, ਤਾਕਿ ਉਨਕਾ ਰੋਜ਼ਗਾਰ ਚਲੇਗਾ। ਜੋ ਸ਼ਸਤਰ ਬਣਾਨੇ ਕਾ ਧੰਦਾ ਥਾ ਵੋ ਛੋੜ ਚੁੱਕੇ ਹੈ, ਅਬ ਇਸੀ ਮੇ ਰੋਜ਼ਗਾਰ ਚਲੇਗਾ। ਤਾਂ ਹਮ ਦਿਲੋ ਧੰਨਵਾਦ ਕਰਨਾ ਚਾਹਾਂਗੇ ਬਾਬਾ ਜੀ ਕਾ, ਸੋਹਨ ਸਿੰਘ ਖਾਲਸਾ ਜੀ ਕਾ, ਗਿਆਨੀ ਜੀ ਦਿਲੀਪ ਸਿੰਘ ਰਾਠੌਰ ਜੀ ਕਾ, ਜੋ ਸਾਧਨਾ ਹੈ ਮਨਮੋਹਨ ਸਿੰਘ ਜੀ, ਵੀਰ ਜੀ ਦਿੱਲੀ ਵਾਲੇ, ਉਨਕਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤਿਹ ਜੀ। ਸਰਦਾਰ ਮਨਮੋਹਨ ਸਿੰਘ ਜੀ ਦਿੱਲੀ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਇਹ ਗੋਲਕਾਂ ਦੀ ਜਿਹੜੀ ਸੇਵਾ ਹੁੰਦੀ ਹੈ, ਗਿਣਤੀ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਉੱਪਰ ਹੈ। ਇਹਨਾਂ ਨੂੰ ਬੇਨਤੀ ਕੀਤੀ, ਸਰਦਾਰ ਜੀ ਸਾਡੇ ਨਾਲ ਚੱਲੋ, ਤੇ ਮੈਂ ਬੇਨਤੀ ਕਰੂੰਗਾ ਗੁਰਦੁਆਰਾ ਓਕਬਿਲ ਸਿੰਘ ਸਭਾ ਦੀਆਂ ਸੰਗਤਾਂ ਤੇ ਉੱਥੇ ਦੀ ਪ੍ਰਬੰਧਕ ਕਮੇਟੀ ਨੇ ਸੇਵਾ ਕੀਤੀ ਹੈ, ਤੇ ਕੁਛ ਧੰਨਵਾਦ ਦੇ ਸ਼ਬਦ ਜਿਹੜੇ ਸਰਦਾਰ ਮਨਮੋਹਨ ਸਿੰਘ ਜੀ ਕਹਿਣ ਜੀ। ਵਾਹਿਗੁਰੂ ਸਾਧ ਸੰਗਤ ਜੀ, ਅੱਜ ਅਸੀਂ ਮੱਧ ਪ੍ਰਦੇਸ਼ ਚ ਆਏ ਆ। ਸਾਡੇ ਨਾਲ ਬੜੇ ਸਤਿਕਾਰਯੋਗ ਅਰਦਾਸ ਸੋਹਨ ਸਿੰਘ ਜੀ, ਜਦੋਂ ਬਾਬਾ ਨਾਨਕ ਜੀ ਨੇ ਜਨੇਊ ਪਹਿਨ ਤੋਂ ਨਾ ਇਨਕਾਰ ਕਰ ਦਿੱਤਾ ਨਾ, ਤੇ ਫਿਰ ਉਹਨਾਂ ਨੇ ਕਿਹਾ ਕਿਹੜਾ ਜਨੇਊ ਪਾਣਾ ਤੁਸੀਂ? ਉਹ ਕਹਿੰਦੇ ਦਿਆ ਕਪਾਹ, ਦਿਆ ਦਾ। ਮੈਂ ਕਹਿੰਦਾ ਬਾਬਾ ਨਾਨਕ ਜੀ ਇਹਨਾਂ ਨੇ ਦਿਆ ਸਾਰੀ ਇਹਨਾਂ ਦੀ ਲੁੱਟ ਲਈ ਹੈ, ਇਹ ਮਸ਼ੀਨਾਂ ਲਗਾ ਦਿੱਤੀਆਂ। ਕੱਲ ਦੇ ਆਏ ਆ, ਮੈਂ ਤੇ ਜਾ ਰਿਹਾ 3 ਦਿਨ ਵਾਸਤੇ, ਇਹਨਾਂ ਨੇ 5-6 ਦਿਨ ਰਹਿਣਾ। ਜਿਹੜੀਆਂ ਵੀ ਅਮੈਰੀਕਾ ਕੈਨੇਡਾ ਦੀਆਂ ਸੰਗਤਾਂ ਨੇ ਪੈਸਾ ਦਿੱਤਾ, ਉਹਨਾਂ ਦਾ ਵੀ ਬਹੁਤ ਧੰਨਵਾਦ। ਔਰ ਮੈਂ ਪ੍ਰੈਕਟੀਕਲ ਕਰ ਰਹੇ ਨੇ, ਇਹ ਨਹੀਂ ਉੱਥੋਂ ਪੈਸਾ ਲਿਆ ਕੇ ਤੇ ਕਿਤੇ ਘਰ ਬੈਠ ਕੇ ਤੇ ਕਹਿ ਦਿੰਦੇ ਮੈਂ ਕੰਮ ਕਰਦਾ। ਅਸੀਂ ਪਿੰਡ ਪਿੰਡ ਜਾ ਰਹੇ ਆ, ਐਸੇ ਐਸੇ ਰਸਤਿਆਂ 'ਚ ਜਾਂਦੇ ਹਾਂ ਕਿ ਲੱਗਦਾ ਕਿ ਗੱਡੀ ਖਰਾਬ ਹੋ ਗਈ ਤੇ ਠੀਕ ਵੀ ਨਹੀਂ ਹੋਣੀ, ਤੇ ਇਹਨਾਂ ਦੀ ਵੀ ਬੜੀ ਹਿੰਮਤ ਹੈ, ਫਿਰ ਮੈਨੂੰ ਲੈ ਆਉਂਦੇ ਨੇ ਤੇ ਅਸੀਂ ਇੱਕ ਇੱਕ ਚੀਜ਼ ਆ ਕੇ ਤੁਹਾਡੇ ਸਾਹਮਣੇ ਸਮਾਨ ਪਿਆ, ਤਾਂ ਕਿ ਇਹ ਨਾ ਹੋਵੇ ਕਿ ਪੈਸਾ ਸੋਹਨ ਸਿੰਘ ਨੇ ਜੇਬ 'ਚ ਪਾ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।